ਕਣਕ ਦੀਆਂ ਉਹ ਕਿਸਮਾਂ ਜਿਹੜੀਆਂ ਨਵੀਆਂ ਨੇ DW303 187 222 ਜਿਨ੍ਹਾਂ ਦਾ ਬੜੇ ਜ਼ਿਆਦੇ ਜ਼ਿਮੀਂਦਾਰਾਂ ਨੇ ਮਹਿੰਗੇ ਮਹਿੰਗੇ ਰੇਟਾਂ ਦੇ ਉੱਤੇ ਖਾਸ ਕਰਕੇ 303 ਦਾ ਬੀ ਲੈ ਕੇ ਬੀਜਿਆ ਸੀ ਹੁਣ ਇਹ ਕਣਕਾਂ ਜੜੀਆਂ ਨੇ ਪੰਜਾਬ ਦੇ ਵਿੱਚੋਂ ਸੈਂਕੜੇ ਏਕੜ ਵੱਡੀਆਂ ਜਾ ਚੁੱਕੀਆਂ ਨੇ ਹੁਣ ਦੀ ਰਿਪੋਰਟ ਜਿਹੜੀ ਏ ਕਿ ਕਹਿੰਦੀ ਏ ਕਿਥੋਂ ਤੱਕ ਝਾੜ ਇਹਨਾਂ ਦੇ ਚੱਲੀ ਜਾਂਦੇ ਨੇ ਕਿਹੜੀ ਅੱਗੇ ਏ ਕਿਹੜੀ ਪਿੱਛੇ ਇੰਨਾ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਤਿੰਨਾਂ ਦੇ ਵਿੱਚੋਂ ਕਿਹਦਾ ਕਿੰਨਾ ਝਾੜ ਹੈ ਜੇਕਰ ਆਪਾਂ ਦੜਾ ਮਲਾ ਕੇ ਉਹਨੂੰ ਵੈਨੇ ਕੈਲਕੂਲੇਟ ਕਰਕੇ ਤੁਹਾਨੂੰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਕਿਸਾਨ ਪਹਿਲੀ ਵਾਰੀ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰਕੇ ਬੈਲ ਜੜੀਆਂ ਨਾਲ ਜ਼ਰੂਰ ਦਬਾ ਲਓ ਅੱਜ ਤੋਂ ਹਫਤਾ ਤੱਕ ਪਹਿਲਾਂ ਜੜੀਆਂ ਕਿਣਕਾਂ ਵੱਡੀਆਂ ਗਈਆਂ ਨੇ ਉਹਨਾਂ ਦੇ ਝਾੜ ਆਪਾਂ ਨੂੰ ਮਾੜੇ ਵੇਖਣ ਨੂੰ ਮਿਲੇ ਨੇ ਜੜੀਆਂ ਹੁਣ ਵੱਡੀਆਂ ਜਾਣ ਗਈਆਂ ਨੇ ਜਾਂ ਫਿਰ ਜੜੀਆਂ 5 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਵੱਡੀਆਂ ਜਾਣ ਗਈਆਂ ਉਹਨਾਂ ਦੇ ਝਾੜ ਆਪਾਂ ਨੂੰ ਠੀਕ ਠਾਕ ਵੇਖਣ ਨੂੰ ਮਿਲਣਗੇ ਤੇ ਮਿਲੀ ਵੀ ਜਾਂਦੇ ਨੇ ਤੇ ਉਹਦੇ ਤੋਂ ਬਾਅਦ ਜਿਹੜੀਆਂ ਜ਼ਿਆਦੀਆਂ ਲੇਟ ਨੇ ਹਾਲੇ ਹਰੀਆਲੀ ਦੇ ਵਿੱਚ ਨੇ ਜ਼ਿਆਦਾ ਝੁੱਲਸੀਆਂ ਜਾ ਚੁੱਕੀਆਂ ਨੇ ਜ਼ਿਆਦਾ ਗਰਮੀ ਪੈਣ ਦੇ ਕਰਕੇ ਉਹਨਾਂ ਦੇ ਝਾੜ ਜਿਹੜੇ ਆ ਫਿਰ ਤੋਂ ਆਪਾਂ ਨੂੰ ਕਾਫੀ ਡਾਊਨ ਅੱਗੇ ਵੇਖਣ ਨੂੰ ਮਿਲਣਗੇ ਹੁਣ ਤੱਕ ਇਹ ਜਿਹੜੀਆਂ ਕਿਸਮਾਂ ਵੱਡੀਆਂ ਜਾ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਆਪਾਂ ਦੜਾ ਮਲਾ ਕੇ ਗੱਲ ਕਰਦੇ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਸ਼ੁਰੂ ਕਰਦੇ ਆ ਡੀਬੀਡਬਲਯੂ 187 ਤੋਂ 187 ਦਾ ਝਾੜ ਜਿਹੜਾ ਹੁਣ ਤੱਕ ਆਪਾਂ ਨੂੰ 19 ਕੁਆਂਟਲ ਤੋਂ ਲੈ ਕੇ 22 ਕੁਆਂਟਲ ਪ੍ਰਤੀ ਕਿੱਲੇ ਦੇ हिसाब ਦੇ ਨਾਲ ਐਵਰੇਜ ਪਈਏ ਦੜਾ ਮਲਾ ਕੇ ਜੇਕਰ ਆਪਾਂ ਗੱਲ ਕਰਦੇ ਆਂ ਤਾਂ ਯਾਨੀ ਕਿ ਆਪਾਂ 47 ਤੋਂ ਲੈ ਕੇ 55 56 ਮਣ ਜੜੀਏ ਪ੍ਰਤੀ ਕਿੱਲੇ ਦੇ हिसाब ਦੇ ਨਾਲ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਡੀਬੀਡਬਲਯੂ 303 ਜੜੀਏ ਨਵੀਂ ਕਣਕ ਬੜਾ ਮਹਿੰਗਾ ਵੀ ਵਿਕਿਆ ਇਹਦਾ ਝਾੜ ਆਪਾਂ ਨੂੰ 16 ਤੋਂ ਲੈ ਕੇ 18 ਕੁਇੰਟਲ ਪ੍ਰਤੀ ਕਿੱਲੇ ਦੇ हिसाब ਦੇ ਨਾਲ ਯਾਨੀ ਕਿ 40 ਤੋਂ ਲੈ ਕੇ 45 46 ਮਣ ਜੜਾ ਇੱਕ ਕਿੱਲੇ ਦਾ ਤੇ ਡੀਬੀਡਬਲਯੂ 222 ਦੀ ਜੇਕਰ ਆਪਾਂ ਗੱਲ ਕਰਦੇ ਆਂ ਤਾਂ ਅੰਮ੍ਰਿਤਸਰ ਦੇ ਵਿੱਚ ਜਾਂ ਫਿਰ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਇਹੜੜੇ ਇਲਾਕੇ ਨੇ ਇਹਨਾਂ ਦੇ ਵਿੱਚ ਕਣਕ ਜੜੀਏ ਕੁਝ ਜ਼ਿਆਦਾ ਕਾਮਜਾਬ ਨਹੀਂ ਹੋਈ ਕੁ ਥੋੜੀਆਂ ਬਹੁਤੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਵਿੱਚ ਨੇ ਛਾੜ ਦਿੱਤਾ ਹੈ ਠੀਕ ਠਾਕ ਐਵਰੇਜ ਜ਼ਿਆਦਾਤਰ ਪੂਰੇ ਪੰਜਾਬ ਦੇ ਵਿੱਚ ਹੀ ਇਹ ਕਣਕ ਦੀਆਂ ਜੜੀਆਂ ਹੁਣ ਤੱਕ ਆਪਾਂ ਨੂੰ ਮਾੜੀਆਂ ਹੀ ਰਿਪੋਰਟਾਂ ਵੇਖਣ ਨੂੰ ਮਿਲੀਆਂ ਨੇ ਛਾੜ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਇਹਦਾ ਛਾੜ ਜਿਹੜਾ 15 ਤੋਂ ਲੈ ਕੇ 17.5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਜਾਨਕੀ 37 ਤੋਂ ਲੈ ਕੇ 40 42 ਮੰਨ ਜਿਹੜਾ ਇੱਕ ਕਿੱਲੇ ਦਾ ਕੁੱਲ ਮਿਲਾ ਕੇ ਜੇਕਰ ਵੇਖਿਆ ਜਾਂਦਾ ਹੈ ਪੂਰੇ ਪੰਜਾਬ ਦਾ ਦੜਾ ਮਲਾ ਕੇ ਕੈਲਕੂਲੇਟ ਕਰਕੇ ਸਾਰੇ ਜ਼ਿਲ੍ਹਿਆਂ ਦਾ ਤਾਂ DBW 187 ਜਿਹੜੀ ਇਹ ਸਭ ਦੇ ਨਾਲੋਂ ਅੱਗੇ ਚੱਲੀ ਜਾਂਦੀ ਹੈ ਹਾਲੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਝਾੜੇ ਦਾ ਚੱਲੀ ਜਾਂਦਾ ਹੈ ਪਿਛਲੇ ਸਾਲ ਵੀ ਵਧੀਆ ਸੀ ਇਸ ਵਾਰ ਵੀ ਇਹਦਾ ਝਾੜਾ ਜਿਹੜਾ ਠੀਕ ਹੈ ਬਾਕੀ ਜਿਹੜੀਆਂ ਕਿਸਮਾਂ ਜਿਹਦਾ ਵੀ ਬਹੁਤ ਮਹਿੰਗਾ ਵਿਕਿਆ DBW 303 بڑے ਭੜੇ ਤਰੀਕੇ ਦੇ ਨਾਲ ਫੇਲ ਹੋਈ ਏ ਬਹੁਤ ਮਾੜਾ ਝਾੜੇ ਦਾ ਜਿਹੜਾ ਆਪਾਂ ਨੂੰ ਇਸ ਵਾਰੀ ਉਹ ਦੇਖਣ ਨੂੰ ਮਿਲੀ ਜਾਂਦਾ ਕਣਕ ਦੀ ਬਜਾਈ ਸਮੇ ਬਥੇਰਾ ਆਪਾਂ ਆਨੇ ਆ ਲੋਕਾਂ ਨੂੰ ਕਿ ਤੁਸੀਂ ਨਵੀਆਂ ਕਣਕਾਂ ਦੇ ਪਿੱਛੇ ਜ਼ਿਆਦਾ ਨਾ ਭੱਜਿਆ ਕਰੋ 4-4 5-5000 ਦਾ ਕਈ ਦਾ 10-10000 ਦਾ ਬੀਜ ਜਿਹੜਾ ਲੈ ਕੇ ਪਾ ਲੈਂਦੇ ਨੇ ਕਈ ਠੱਗਾਂ ਦੇ ਕੋਲੋਂ ਲੈ ਕੇ ਪਰ ਹੁਣ ਉਹਨਾਂ ਦੇ ਬੁਰੇ ਹਾਲ ਚੱਲੇ ਜਾਂਦੇ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਕੁਝ ਕਮੈਂਟ ਆਪਾਂ ਨੂੰ ਜਿਹੜੇ ਜ਼ਰੂਰ ਦੇਖਣ ਨੂੰ ਮਿਲਦੇ ਆ ਕਿ ਅਸੀਂ ਉਦੋਂ ਮੰਨ ਲੈਂਦੇ ਤਾਂ ਚੰਗੇ ਰਹਿਣਾ ਸੀ ਪਰ ਹੁਣ ਕਮੈਂਡ ਕਰਨ ਦਾ ਜਾਂ ਕੁਝ ਵੀ ਕਰਨ ਦਾ ਫਾਇਦਾ ਨਹੀਂ ਹੈ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਨਵੀਆਂ ਕਿਸਮਾਂ ਦੇ ਪਿੱਛੇ ਕਦੇ ਵੀ ਜਿਆਦਾ ਆਪਾਂ ਨੂੰ ਨਹੀਂ ਭੱਜਣਾ ਚਾਹੀਦਾ ਆਪਣੀ ਆਮਦਨ ਵੀ ਘਟਦੀ ਏ ਤੇ ਚਾੜ ਪਹਿਲਾਂ ਦੇ ਨਾਲੋਂ ਵੀ ਆਪਾਂ ਜਿਹੜਾ ਗਵਾ ਬੀਨੇ ਆ ਸੋ ਤੁਹਾਡਾ ਕਿਹੜਾ ਇਲਾਕਾ ਹੈ ਕਿਹੜੀ ਤੁਸੀਂ ਵੈਰਾਈਟੀ ਬੀਜੀਏ ਤੁਹਾਡਾ ਨਾਂ ਕੀ ਹੈ ਸਾਰੀ ਡਿਟੇਲ ਜਿਹੜੀ ਆ ਆਪਣੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਿਹੜਾ ਸਾਂਝਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਲਾਕੇ ਦੇ ਕਿਸਾਨਾਂ ਦੇ ਵਾਸਤੇ ਜਾਂ ਪੂਰੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਉਹ ਤੁਹਾਡੀ ਜਾਣਕਾਰੀ ਜਿਹੜੀ ਹੈ ਲਾਹੇਵੰਦ ਸਾਬਤ ਹੋਵੇ ਸੋ ਆਪਣਾ ਝਾੜ ਜ਼ਰੂਰ ਦੱਸਣਾ ਕਿਹੜੀ ਵੈਰਾਈਟੀ ਬੀਜੀਏ ਕਿੰਨਾ ਝਾੜ ਹੈ ਕਿਹੜਾ ਇਲਾਕਾ ਹੈ ਬਾਕੀ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਤੋਂ ਬਾਅਦ ਦੇ ਵਿੱਚ ਵੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧ